ਐਨਾ ਕੈਨੇਡਾ ਆ ਕੇ ਇੱਕ ਚੀਜ਼ ਟਰਾਈ ਕਰਨੀ ਆ, ਹਾਈ ਗਾਈਜ਼ ਬੋਲਣਾ ਬੰਦ ਕਰਨਾ। ਇਹਨਾਂ ਸਾਰਿਆਂ ਨੂੰ ਮੇਰੇ ਹਾਈ ਗਾਈਜ਼ ਤੋਂ ਇੰਨੀ ਪ੍ਰੋਬਲਮ ਹੈ ਨਾ, ਗਾਈਜ਼ ਬਹੁਤ ਜ਼ਿਆਦਾ ਪ੍ਰੋਬਲਮ ਹੈ। ਅਤੇ ਚਲੋ ਅੱਜ ਮੈਂ ਤੁਹਾਨੂੰ ਦੱਸ ਹੀ ਦਿੰਦੇ ਆਪਾਂ ਕਰਨ ਕੀ ਜਾ ਰਹੇ ਹਾਂ। ਮੈਨੂੰ ਇੱਥੇ ਆਈ ਨਹੀਂ ਹੋ ਗਏ ਨੇ 15 ਡੇਜ਼, ਅਤੇ ਅੱਜ ਅਸੀਂ ਫਾਈਨਲੀ ਮੂਰਤ ਕੱਢਿਆ ਨਾਇਗਰਾ ਫਾਲ ਜਾਣ ਦਾ, ਅਤੇ ਤੁਹਾਨੂੰ ਅਸੀਂ ਨਾਲ ਲੈ ਕੇ ਜਾ। ਇਹ ਇਕੱਲਾ ਇਹ ਪ੍ਰਾਣੀ ਇੰਨੇ ਸੈਂਡਵਿਚ ਖਾ ਕੇ ਸਾਨੂੰ ਅੱਜ ਦਿਖਾਊਗਾ ਕਿੱਥੇ ਦਿਖਾਓ ਪੁੱਛ ਕੇ ਹੁੰਦਾ ਦੰਦੀਆਂ। ਔਰ ਅਸੀਂ ਚੱਲੇ ਨਾਇਗਰਾ, ਅਤੇ ਆਹ ਦੇਖੋ ਗਾਈਸ, ਪੂਰਾ ਭਰ ਲਿਆ ਲਿਫਾਫਾ, ਅਤੇ ਇਹ ਖਾਣਾ ਅਸੀਂ ਦੋਨੋਂ ਜਾਣੀਆਂ ਨੇ, ਠੀਕ ਹੈ ਨਾ? ਅਤੇ ਘਰੋਂ ਖਾ ਕੇ ਵੀ ਜਾਣਾ, ਅਤੇ ਨਾਲ ਵੀ ਲੈ ਕੇ ਜਾਣਾ, ਅਤੇ ਉੱਥੇ ਜਾ ਕੇ ਵੀ ਖਾਣਾ, ਠੀਕ ਹੈ? ਮਿਲਦੇ ਹਾਂ, ਬਣੇ ਰਹੋ ਬਲੌਗ। ਅੱਛਾ ਹਾਈ ਗਾਈਸ ਤੋਂ ਸਟਾਰਟ ਕਰ ਦਿਓ ਅੱਜ। ਅੱਜ ਤੁਹਾਨੂੰ ਮੇਰੀ ਸਿਸਟਰ ਹਾਈ ਗਾਈਸ ਕਰਕੇ ਦਿਖਾਊਗੀ। ਹਾਈ ਗਾਈਸ, ਤੈਨੂੰ ਕੀ ਇਤਰਾਜ਼ ਹੈਗਾ ਜੇ ਤੂੰ ਆ ਜਾਏਗਾ ਵੀਡੀਓ 'ਚ? ਯਾਰ ਮੈਨੂੰ ਸੱਚੀ ਇਹ ਨਾ ਮੇਰਾ ਬੇਵਕੂਫ ਬਣਾਉਂਦੇ ਰਹਿੰਦੇ ਨੇ। ਫਾਈਨਲੀ ਅਸੀਂ ਪਹੁੰਚ ਗਏ ਹਾਂ ਨਾਇਗਰਾ ਫਾਲਸ, ਐਂਡ ਆਹ ਐਂਟਰੀ ਹੈਗੀ ਸ਼ਾਇਦ। ਫਾਈਨਲੀ ਗਾਈਜ਼ ਆਪਾਂ ਪਹੁੰਚ ਗਏ ਹਾਂ ਨਾਇਗਰਾ ਫਾਲ, ਅਤੇ ਇੱਥੇ ਆਹ ਬਹੁਤ ਹੀ ਵਧੀਆ ਲਾਈਕ ਇਨਵਾਇਰਮੈਂਟ ਹੋਇਆ ਪਿਆ, ਐਂਡ ਵਿਊ ਇੰਨਾ ਸੋਹਣਾ ਹੈ, ਕਲਾਊਡੀ ਐਂਡ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ, ਬੜਾ ਮਜ਼ਾ ਆ ਰਿਹਾ ਹੈ। ਥੈਂਕਸ ਟੂ ਬ੍ਰੋ। ਕਿਹੜਾ ਟਾਇਰ ਹੈ? ਓਹੋ ਖਿੱਚਣੀ ਫੋਟੋ, ਸ਼ਿਟ। ਚੱਲ ਨੀਸ਼ੂ ਆਪਾਂ ਵੀ ਖਿਚਵਾਈਏ ਯਾਰ ਫੋਟੋ। ਡਾਇਨਾਸੌਰ ਦੀ ਅੱਗ ਨਿਕਲਦੀ ਹੁੰਦੀ ਆ, ਡਾਇਨਾਸੌਰ ਦੀ ਪਹਾੜੀ, ਉਹ ਪਹਾੜੀ ਅੱਜ ਕੱਲ ਅੱਜ ਨਹੀਂ ਕਰੀ, ਅੱਜ ਵੀ ਪੈ ਗਿਆ ਅੱਗ ਬੰਦ ਹੋ ਗਈ, ਅੱਜ ਨਹੀਂ ਪੈ ਗਿਆ। ਸਮਥਿੰਗ ਵੈਰੀ ਡਿਫਰੈਂਟ ਲਾਈਕ ਨਾ। ਜਿਵੇਂ ਇੱਦਾਂ ਲੱਗਦਾ ਮੈਨੂੰ ਹੈਲੋਵੀਨ ਵਾਲੀ ਫੀਲਿੰਗ ਜੀ ਆ ਰਹੀ ਹੈ ਇੱਥੇ ਆ ਕੇ, ਹੈਲੋਵੀਨ ਵਾਲੀ ਫੀਲਿੰਗ। ਅਸੀਂ ਫਟਾਫਟ ਭੱਜ ਕੇ ਜਾਣਾ ਹੈ ਕਿਉਂਕਿ ਅਸੀਂ ਨਾਇਗਰਾ ਫਾਲਸ ਦੇਖਣੇ, ਨਹੀਂ ਤਾਂ ਫਿਰ ਬਾਰਿਸ਼ ਹੋ। ਬਹੁਤ ਵਧੀਆ, ਮੈਨੂੰ ਤਾਂ 4 ਮਹੀਨੇ ਬਾਅਦ ਇੱਦਾਂ ਲੱਗ ਰਿਹਾ ਮੈਂ ਕੈਨੇਡਾ ਆ ਗਈ। ਮੈਨੂੰ 4 ਮਹੀਨੇ ਬਾਅਦ ਲੱਗ ਰਿਹਾ, ਮੈਨੂੰ 15 ਦਿਨ ਬਾਅਦ ਲੱਗ ਰਿਹਾ, ਪਰ ਯਾਰ ਸਿਮਰਨ ਜਲਦੀ ਆਓ ਫਿਰ ਆਪਾਂ ਨਾ, ਸਿਮਰਨ ਤੁਸੀਂ ਆਓਗੇ ਨਾ ਫਿਰ ਫਿਰ ਉੱਥੇ ਘੁੰਮ ਜਾਊਗਾ। ਬੋਲਣਾ ਇੰਡੀਆ 'ਚ ਹਜੇ ਰਾਤ ਹੈ ਕਿ ਲਾਈਕ ਉਹ ਸੋ ਰਹੇ ਨੇ ਹਾਲੇ ਫਿਲਹਾਲ, ਨਹੀਂ ਤਾਂ ਮੈਂ ਸਿਮਰਨ ਨੂੰ ਵੀਡੀਓ ਕਾਲ ਕਰਕੇ ਜ਼ਰੂਰ ਦਿਖਾਉਂਦੀ। ਗਾਈਸ ਤੁਹਾਨੂੰ ਮੈਂ ਕੈਨੇਡਾ ਦੀ ਸਭ ਤੋਂ ਵੀਅਰਡ ਚੀਜ਼ ਦੱਸਾਂ, ਯੂ ਵਿਲ ਨੋਟ ਬਿਲੀਵ ਕਿ ਇੱਥੇ ਵੱਜੇ ਹੋਏ ਨੇ ਰਾਤ ਦੇ 8, ਉੱਪਰ ਦੇਖੋ ਕਲਾਊਡ, ਲਾਈਕ ਦਿਨ ਚੜਿਆ ਹੋਇਆ ਸ਼ਾਮ ਪੈ ਗਈ ਹੈ ਬਟ 8 ਵਜੇ ਹੋਏ ਨੇ, ਬਟ ਹਨੇਰਾ ਨਹੀਂ ਹੋਇਆ ਜਿਵੇਂ ਆਪਣੇ ਇੰਡੀਆ ਦੇ ਵਿੱਚ ਹੋ ਜਾਂਦਾ ਨਾ ਹਨੇਰਾ, ਉੱਦਾਂ ਇੱਥੇ ਬਿਲਕੁਲ ਹਨੇਰਾ ਨਹੀਂ ਹੋਇਆ। ਔਰ ਯੂ ਕੈਨ ਸੀ ਦ ਵਿਊ, ਈਵਨ ਆਪਣੇ ਬ੍ਰੈਂਪਟਨ 'ਚ ਵੀ ਇੱਦਾਂ ਹੀ ਹੁੰਦਾ ਕਿ 8 ਵਜੇ ਲਾਈਕ ਚਾਨਣਾ ਹੁੰਦਾ, ਲਾਈਕ ਹਨੇਰਾ ਨਹੀਂ ਹੁੰਦਾ। ਸੋ ਯਾ ਮੈਨੂੰ ਤਾਂ ਠੰਡ ਨੇ ਕੁੱਕੜ ਬਣ ਗਿਆ ਮੇਰਾ। ਬਹੁਤ ਸੋਹਣਾ ਸੀ ਨਾਇਗਰਾ ਫਾਲਸ, ਬਹੁਤ ਜ਼ਿਆਦਾ ਸੋਹਣਾ ਸੀ, ਔਰ ਮੈਨੂੰ ਬਹੁਤ ਵਧੀਆ ਲੱਗਾ, ਮੈਂ ਸਿਮਰਨ ਤਾਂ ਜ਼ਰੂਰ ਆਊਂਗੀ। ਅਤੇ ਹੁਣ ਅਸੀਂ ਜਾ ਰਹੇ ਹਾਂ, ਰਾਤ ਪੈ ਗਈ ਆ, ਉੱਧਰੋਂ ਲਾਈਟਾਂ ਨਾ ਉੱਥੇ ਪੈ ਰਹੀਆਂ, ਬਹੁਤ ਪਿਆਰੀਆਂ ਲੱਗ ਰਹੀਆਂ, ਲਾਈਕ ਲੁੱਕ ਐਟ ਦ ਲਾਈਟਸ ਗਾਈਜ਼, ਗ੍ਰੀਨ, ਰੈਡ, ਬਲੂ, ਬਹੁਤ ਸੋਹਣੀਆਂ ਲੱਗ ਰਹੀਆਂ। ਦਿਖਾਈਆਂ ਕੀ ਨਹੀਂ ਦਿਖਾਈਆਂ, ਹੁਣ ਨਹੀਂ ਬੋਲਣਾ,
ਹੁਣ ਬੋਲੋ ਨਾ ਕੀ ਨਹੀਂ ਦਿਖਾਈਆਂ ਕੀ ਦਿਖਾਵਾਂ ਮੈਂ ਇਹ ਬੜੇ ਖਰਾਬ ਨੇ ਮੈਨੂੰ ਕਹਿੰਦੇ ਆ ਲਾਈਟਾਂ ਦਿਖਾਓ ਇਹਨਾਂ 'ਚ ਕੀ ਲੱਗਾ ਦਿਖਾਉਣ ਨੂੰ ਭਲਾ ਇਹਦੀ ਲਾਈਨ ਦੇਖੋ ਕਿੰਨੀ ਲੰਬੀ ਆ ਇਹਦੇ 'ਚ ਤਾਂ ਸਿੱਧੀ ਵਾਲੀ ਨਹੀਂ ਆਉਂਦੀ ਨਾ ਅਸੀਂ ਲੈਣਾ ਅੱਧਾ ਘੰਟਾ ਪਹਿਲਾਂ ਘਰ ਵਾਪਿਸ ਆ ਚੁੱਕੇ ਸੀ ਅਤੇ ਨਾਇਗਰਾ ਫਾਲਸ ਮੈਨੂੰ ਬਹੁਤ ਸੋਹਣਾ ਲੱਗਾ ਬਹੁਤ ਪ੍ਰਿਟੀ ਲੱਗਾ ਥੈਂਕਸ ਟੂ ਮਾਈ ਕਜ਼ਨਸ ਜਿਨ੍ਹਾਂ ਨੇ ਮੈਨੂੰ ਘੁਮਾਇਆ ਬਹੁਤ ਲਾਈਕ ਪ੍ਰਿਟੀ ਜਗ੍ਹਾ ਹੈਗੀ ਆ ਉਹ ਦੇਖਣ ਨੂੰ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਮੇਰੇ ਕੈਨੇਡਾ ਦੇ ਵਲੋਗਸ ਅੱਛੇ ਲੱਗ ਰਹੇ ਹੋਣਗੇ ਮੇਕ ਸ਼ੋਰ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਇੱਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ